ਬੀਤੇ ਦਿਨ ਵੀ ਪਾਰਾ 40 ਪਾਰ ਸੀ ਅਤੇ ਅੱਜ ਵੀ ਸ਼ਹਿਰ ਦਾ ਪਾਰਾ ਜੋ ਹੈ ਉਹ 43 ਡਿਗਰੀ 'ਤੇ ਜਾ ਪਹੁੰਚਿਆ। ਤਾਂ ਆਉਣ ਵਾਲੇ ਹੋਰ ਦਿਨਾਂ ਦੇ ਵਿੱਚ ਜੋ ਪਾਰਾ ਕਹਿ ਸਕਦੇ ਹਾਂ ਕਿ ਲਗਭਗ 47 ਅਤੇ 48 ਡਿਗਰੀ ਤੱਕ ਪਹੁੰਚ ਸਕਦਾ ਹੈ। ਪਰ ਉੱਥੇ ਹੀ ਜੇ ਗੱਲ ਕਰੀਏ ਤਾਂ ਜੋ ਇਹ ਗਰਮੀ ਦਿਨ ਬ ਦਿਨ ਵੱਧਦੀ ਹੋਈ ਵਿਖਾਈ ਦਿੰਦੀ ਹੈ, ਜਿਸ ਨਾਲ ਕਿ ਜੋ ਗਰਮ ਲੂ ਹੈ ਉਹ ਸਭਨਾਂ ਲਈ ਇੱਕ ਮੁਸ਼ਕਲ ਬਣੀ ਹੋਈ ਹੈ, ਜਿਸ ਨਾਲ ਲੋਕ ਬਿਮਾਰ ਵੀ ਹੋ ਰਹੇ ਨੇ। ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਅੰਮ੍ਰਿਤਸਰ ਤੋਂ ਜੋ GT ਰੋਡ ਦਾ ਮੇਨ ਜੋ ਫਲਾਈਓਵਰ ਹੈ, ਜਿੱਥੋਂ ਕਿ ਅਕਸਰ ਜੋ ਸੈਲਾਨੀ ਨੇ ਜੋ ਗੁਰੂਨਗਰੀ ਅੰਮ੍ਰਿਤਸਰ ਨੂੰ ਆਉਂਦੇ ਨੇ, ਤਾਂ ਉਹ ਵੀ ਕਹਿ ਸਕਦੇ ਹਾਂ ਕਿ ਸੜਕੀ ਆਵਾਜਾਈ ਜੋ ਹੈ ਉਹ ਵੀ ਮੌਸਮ ਕਰਕੇ ਗਰਮੀ ਕਰਕੇ ਘੱਟ ਨਜ਼ਰ ਆ ਰਹੀ ਹੈ। ਲੋਕਾਂ ਦੀ ਜੋ ਆਮਦ ਹੈ ਉਹ ਇਸ ਪੁਲ 'ਤੇ ਵੀ ਅਕਸਰ ਜ਼ਿਆਦਾ ਹੁੰਦੀ ਹੈ, ਪਰ ਹੁਣ ਲੋਕ ਇਸ ਗਰਮੀ ਦੇ ਵਿਚਾਲੇ ਆਪਣੇ ਕੰਮ ਦੇ ਲੋੜ ਦੇ ਅਨੁਸਾਰ ਹੀ ਘਰਾਂ 'ਚੋਂ ਨਿਕਲਦੇ ਨੇ। ਨਹੀਂ ਤਾਂ ਅਕਸਰ ਲੋਕ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਇਤਵਾਰ ਮੌਕੇ ਘਰਾਂ 'ਚੋਂ ਕਿਸੇ ਨਾ ਕਿਸੇ ਜਗ੍ਹਾ 'ਤੇ ਕਿਤੇ ਖਾਣ ਪੀਣ ਜਗ੍ਹਾ 'ਤੇ ਜਾਂ ਧਾਰਮਿਕ ਸਥਲਾਂ 'ਤੇ ਜਾਣ ਲਈ ਨਿਕਲਦੇ ਰਹਿੰਦੇ ਨੇ ਸਵੇਰ ਵੇਲੇ। ਪਰ ਫਿਲਹਾਲ 11 ਵਜੇ ਦਾ ਹੀ ਸਮਾਂ, ਪਰ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਤਪਦੀ ਹੋਈ ਗਰਮੀ ਦੇ ਵਿੱਚ ਸੜਕੀ ਜੋ ਆਵਾਜਾਈ ਹੈ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਘਟੀ ਹੈ। ਔਰ ਜੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਜਾਂ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਲੋਕਾਂ ਨੂੰ ਇੱਕ ਐਡਵਾਈਜ਼ਰੀ ਇਹੀ ਹੈ ਕਿ ਇਸ ਗਰਮੀ ਦੇ ਵਿੱਚ ਉਹ ਖੁਦ ਦਾ ਬਚਾਅ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀ ਕੇ ਕਰਨ, ਔਰ ਲੋੜ ਮੁਤਾਬਿਕ ਹੀ ਘਰਾਂ ਤੋਂ ਬਾਹਰ ਨਿਕਲਣ। ਲੋੜ ਮੁਤਾਬਿਕ ਹੀ ਜੇ ਉਹਨਾਂ ਨੂੰ ਕੋਈ ਕੰਮ ਹੈ ਤਾਂ ਉਸ 'ਤੇ ਸਦਕਾ ਹੀ ਘਰੋਂ ਬਾਹਰ ਨਿਕਲਣ, ਨਹੀਂ ਤਾਂ ਇਹ ਜੋ ਲੂ ਹੈ ਇਹ ਕਈ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ। ਖਾਸ ਕਰਕੇ ਜੋ ਛੋਟੇ ਬੱਚੇ ਨੇ ਉਹਨਾਂ ਦੇ ਲਈ ਇਹ ਮੌਸਮ ਕਾਫੀ ਘਾਤਕ ਹੈ, ਕਿਉਂਕਿ ਅਕਸਰ ਜਦ ਮੌਸਮ 'ਚ ਤਬਦੀਲੀਆਂ ਆਉਂਦੀਆਂ ਨੇ ਤਾਂ ਬੱਚੇ ਕਿਸੇ ਨਾ ਕਿਸੇ ਬਿਮਾਰੀ ਤੋਂ ਖਾਸ ਕਰਕੇ ਬੁਖਾਰ ਆਦਿ ਤੋਂ ਪੀੜਤ ਹੋ ਜਾਂਦੇ ਨੇ। ਤਾਂ ਉਹਨਾਂ ਕਰਕੇ ਵੀ ਜੋ ਸਿਹਤ ਵਿਭਾਗ ਅਤੇ ਜੋ ਮੌਸਮ ਵਿਭਾਗ ਵੱਲੋਂ ਵੀ ਇਹੀ ਐਡਵਾਈਜ਼ਰੀ ਸੀਗੀ ਕਿ ਉਹ ਲੋੜ ਮੁਤਾਬਿਕ ਹੀ ਮਾਪੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਭੇਜਣ, ਔਰ ਖਾਸ ਕਰਕੇ ਪਾਣੀ ਦਾ ਜੋ ਹੈ ਵਧੇਰੇ ਸੇਵਨ ਲਈ ਵੀ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ ਸੀ। ਔਰ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਫਿਲਹਾਲ ਹਜੇ 11 ਵਜੇ ਦਾ ਹੀ ਸਮਾਂ, ਔਰ ਜਿਵੇਂ ਜਿਵੇਂ ਕਹਿ ਸਕਦੇ ਹਾਂ ਕਿ ਦਿਨ ਹੋਰ ਸਮਾਂ ਬੀਤੇਗਾ ਅਤੇ ਇਹ ਜੋ ਗਰਮੀ ਹੈ ਆਪਣਾ ਜੋੜ ਫੜੇਗੀ, ਔਰ ਕਹਿ ਸਕਦੇ ਹਾਂ ਕਿ ਇਸ ਤਪਦੀ ਹੋਈ ਗਰਮੀ ਦੇ ਵਿਚਾਲੇ ਸੜਕਾਂ ਦੇ ਉੱਤੇ ਜੋ ਜੂਸ, ਜੋ ਨਾਰੀਅਲ ਪਾਣੀ, ਇਹੋ ਜਿਹੀਆਂ ਕਈ ਰੇੜੀਆਂ ਨਜ਼ਰ ਆਉਂਦੀਆਂ ਨੇ, ਕਿਉਂਕਿ ਅਕਸਰ ਲੋਕ ਨਿੰਬੂ ਪਾਣੀ ਔਰ ਅਜਿਹੀ ਚੀਜ਼ਾਂ ਦਾ ਸੇਵਨ ਕਰਦੇ ਨੇ ਜਿਸ ਨਾਲ ਕਿ ਸਰੀਰ ਨੂੰ ਥੋੜ੍ਹੀ ਠੰਡਕ ਮਿਲਦੀ ਹੈ, ਔਰ ਸਰੀਰਕ ਠੰਡਕ ਮਿਲਣ ਦੇ ਨਾਲ ਕਿਤੇ ਨਾ ਕਿਤੇ ਗਰਮੀ ਤੋਂ ਕੁਝ ਪ੍ਰਤੀਸ਼ਤ ਰਾਹਤ ਜ਼ਰੂਰ ਮਿਲਦੀ ਹੈ। ਪਰ ਜੇ ਉੱਥੇ ਹੀ ਸ਼ਿਖਰ ਦੁਪਹਿਰ ਦੀ ਗੱਲ ਕਰ ਲਈਏ ਜੋ 12 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਹੁੰਦਾ, ਇਸ ਵਿਚਾਲੇ ਮੌਸਮ ਦਾ ਜੋ ਪਾਰਾ ਹੈ ਉਹ ਚਰਮ ਸੀਮਾ 'ਤੇ ਹੁੰਦਾ, ਤਾਂ ਅੱਜ ਦਾ ਜੋ ਪਾਰਾ ਹੈ ਉਹ ਲਗਭਗ 43 ਤੋਂ 44 ਡਿਗਰੀ ਤੱਕ ਰਹੇਗਾ, ਔਰ ਰਾਤ ਦਾ 27 ਤੋਂ 28 ਡਿਗਰੀ ਤੱਕ। ਕਹਿ ਸਕਦੇ ਹਾਂ ਕਿ ਫਿਲਹਾਲ ਅੰਮ੍ਰਿਤਸਰੀਆਂ ਨੂੰ ਗਰਮੀ ਤੋਂ ਕੋਈ ਰਾਹਤ ਮਿਲਦੀ ਹੋਈ ਨਹੀਂ ਨਜ਼ਰ ਆ ਰਹੀ, ਔਰ ਇਸ ਹਫ਼ਤੇ ਤੋਂ ਜਿੱਥੇ ਕਿ ਅੱਜ ਇਤਵਾਰ ਦਾ ਦਿਨ ਹੈ ਅਤੇ ਆਗਾਮੀ ਕੁਝ ਆਉਣ ਵਾਲੇ ਦਿਨਾਂ ਤੱਕ ਇਹ ਜੋ ਪਾਰਾ ਹੈ 47 ਤੋਂ 48 ਡਿਗਰੀ ਤੱਕ ਪਹੁੰਚੇਗਾ। ਕਹਿ ਸਕਦੇ ਹਾਂ ਕਿ ਲੋਕਾਂ ਨੂੰ ਹੋਰ ਜੋ ਹੈ ਗਰਮੀ ਤੋਂ ਰਾਹਤ ਪਾਉਣ ਦੇ ਲਈ ਪਾਣੀ ਆਦਿ ਦੀ ਕਹਿ ਸਕਦੇ ਹਾਂ ਕਿ ਹੋਰ ਸੇਵਨ ਕਰਨਾ ਚਾਹੀਦਾ ਕਿ ਤਾਂ ਜੋ ਇਸ ਗਰਮੀ ਤੋਂ ਆਪਣਾ ਬਚਾਅ ਕਰ ਸਕਣ, ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਕਿ ਤਾਂ ਜੋ ਇਸ ਤਪਦੀ ਹੋਈ ਲੂ ਤੋਂ ਉਹ ਆਪਣੇ ਸਰੀਰ ਨੂੰ ਬਚਾ ਸਕਣ।